ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਸਾਰਿਆਂ ਦਾ ਆਪਣਾ ਸੁਪ੍ਰੀਤ ਸਿੰਘ ਕਾਲੋਂ, ਅਤੇ ਤੁਹਾਡਾ ਸਾਰਿਆਂ ਦਾ ਮੈਂ ਵੈਲਕਮ ਕਰਦਾ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਸ਼ੋਅ ਦੇ ਵਿੱਚ। ਨਾਮ ਹੈ ਜਿਸ ਦਾ PTC ਸ਼ੋਕੇਸ। ਦੋਸਤੋ, ਕਹਿੰਦੇ ਨੇ ਕਿ ਜਦੋਂ ਹਾਣਦੇ ਦੇ ਨਾਲ ਅੱਖ ਲੜਦੀ ਹੈ ਨਾ, ਅਤੇ ਉਹ ਚਾਓ ਜਿਹੜੇ ਨੇ ਨਾ, ਉਹ ਸਾਂਭਿਆਂ ਵੀ ਸਾਂਭੇ ਨਹੀਂ ਜਾਂਦੇ। ਪਰ ਇਸੇ ਪੀਰੀਅਡ ਦੇ ਦੌਰਾਨ ਜੇਕਰ ਕਰੰਸੀ ਹੀ ਚੇਂਜ ਹੋ ਜਾਏ ਕਿਸੇ ਦੇਸ਼ ਦੀ, ਤਾਂ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ। ਔਰ ਇਹਨਾਂ ਪ੍ਰੋਬਲਮਸ ਦੇ ਉੱਤੇ ਹੀ ਆਧਾਰਿਤ ਹੈ ਸਾਡੀ ਅਗਲੀ ਨਵੀਂ ਪੰਜਾਬੀ ਫਿਲਮ, ਜਿਸ ਦਾ ਨਾਮ ਹੈ ਗੋਲਕ ਬੁਗਨੀ ਬੈਂਕ ਅਤੇ ਬਟੂਆ। ਔਰ ਖਾਸ ਗੱਲ ਜਿਹੜੀ ਮੈਨੂੰ ਇਸ ਫਿਲਮ ਦੇ ਵਿੱਚ ਲੱਗਦੀ ਹੈ ਨਾ, ਕਿ ਮੇਰੇ ਫੇਵਰੇਟ ਨੇ ਸਾਰੇ ਹੀ ਜਿੰਨੇ ਵੀ ਅਦਾਕਾਰ ਨੇ। ਔਰ ਮੁੱਖ ਭੂਮਿਕਾ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਸਾਡੇ ਡੈਸ਼ਿੰਗ ਹਰੀਸ਼ ਵਰਮਾ ਜੀ, ਨੀਟਾ ਰੋਲ ਦਾ ਨਾਮ ਹੈ। ਔਰ ਉਹਨਾਂ ਦੇ ਨਾਲ ਮੈਂ ਕੀ ਕਹਾਂ ਇਹਨਾਂ ਦੇ ਬਾਰੇ, ਅਵਾਰਡ ਲੈਣ ਦੀ ਜਿਹੜੀ ਹੈ ਨਾ, ਉਹ ਪੁਰਾਣੀ ਆਦਤ ਬਣ ਗਈ ਹੈ। ਨਵੀਂ ਨਵੀਂ ਇੰਡਸਟਰੀ ਦੇ ਵਿੱਚ ਆਏ ਨੇ ਔਰ ਅਵਾਰਡਸ ਤੋਂ ਬਿਨਾਂ ਗੱਲ ਨਹੀਂ ਕਰਦੇ ਨੇ, ਕਿਉਂਕਿ ਰੋਲ ਜਿਹੜਾ ਵੀ ਕਰਦੇ ਨੇ ਉਸਦੇ ਬਿਲਕੁਲ ਅੰਦਰ ਵੜ ਜਾਂਦੇ ਨੇ। ਜੀ ਹਾਂ, ਮੈਂ ਗੱਲਬਾਤ ਕਰ ਰਿਹਾ ਸਾਡੀ ਇੰਡਸਟਰੀ ਦੀ ਸਿਜ਼ਲਿੰਗ ਹੌਟ ਸਿਮੀ ਚਾਹਲ ਦੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਉਹ ਵਧਾਈ ਦੇਣੀ ਪੈਂਦੀ ਹੈ, PTC ਪੰਜਾਬੀ ਫਿਲਮ ਅਵਾਰਡ ਜਿਹੜਾ ਤੁਹਾਨੂੰ ਮਿਲਿਆ। ਥੈਂਕ ਯੂ ਗਾਇਸ। ਇਹ ਆਦਤ ਜਿਹੜੀ ਤੁਸੀਂ ਪਾਈ ਹੈ ਅਵਾਰਡ ਸੀ, ਸਾਨੂੰ ਦੱਸੋ ਕਿੱਦਾਂ ਮੈਨੇਜ ਕਰਦੇ ਹੋ? ਨਹੀਂ ਜੀ, ਇਹ ਤਾਂ ਰੱਬ ਵੱਲੋਂ ਹੀ ਆ, ਅਤੇ ਆਡੀਅੰਸ ਉਹ ਪਿਆਰ ਦਿੰਦੇ ਨੇ ਤਾਂ ਹੀ ਅਵਾਰਡਸ ਮਿਲਦੇ ਨੇ। ਐਂਡ ਉਹਨਾਂ ਦਾ ਵੈਸੇ ਪਿਆਰ ਹੀ ਸਭ ਤੋਂ ਵੱਡਾ ਅਵਾਰਡ ਹੈ ਮੇਰੇ ਲਈ, ਮੈਂ ਸੱਚੀ ਦੱਸਾਂ। ਸੋ ਹਾਂਜੀ, ਬਸ ਇੱਦਾਂ ਹੀ। ਔਰ ਤੁਹਾਨੂੰ ਦੋਵਾਂ ਨੂੰ ਭਾਅ ਜੀ ਵਧਾਈਆਂ ਦੇਣੀ ਬਣਦੀਆਂ ਨੇ। ਜੋ ਟ੍ਰੇਲਰ ਦਾ ਰਿਸਪੌਂਸ ਆਇਆ ਉਹ ਮਾਵਲੈਸ ਹੈ, ਔਰ ਇਹ ਐਕਚੁਅਲੀ ਸ਼ੁਕਰੀਆ ਬਣਦਾ ਆਡੀਅੰਸ ਦਾ, ਤੁਹਾਡਾ ਸਾਰਿਆਂ ਦਾ। ਤੁਹਾਡਾ ਪਿਆਰ ਮਿਲ ਰਿਹਾ ਸੀਰੀਅਸਲੀ, ਬੜਾ ਬਹੁਤ ਵਧੀਆ ਲੱਗ ਰਿਹਾ। ਓਵਰਵੈਲਮਿੰਗ ਸੀਰੀਅਸਲੀ। ਥੋੜ੍ਹਾ ਰੋਲ ਵੱਲ ਚੱਲਦੇ ਹਾਂ, ਜਿੱਥੋਂ ਤੱਕ ਮੈਨੂੰ ਥੋੜ੍ਹੀ ਬਹੁਤ ਟ੍ਰੇਲਰ ਤੋਂ ਕਹਾਣੀ ਸਮਝ ਆਈ ਹੈ। ਨੀਟਾ ਤੁਹਾਡਾ ਰੋਲ ਹੈ, ਮੇਨ ਰੋਲ ਹੈ, ਔਰ ਮਿਸ਼ਰੀ ਤੁਸੀਂ ਹੋ, ਮਿੱਠੀ ਜਿਹੀ ਮਿਸ਼ਰੀ। ਔਰ ਖਾਸ ਗੱਲ ਮੈਨੂੰ ਲੱਗਦਾ ਮਿਸ਼ਰੀ ਤੁਹਾਡਾ ਨਾਮ ਅਨੇਜਾ ਜੀ ਨੇ ਇਸ ਕਰਕੇ ਰੱਖਿਆ ਹੈ ਕਿਉਂਕਿ ਹਲਵਾਈ ਦੀ ਕੁੜੀ ਹੋ ਤੁਸੀਂ। ਜੀ ਬਿਲਕੁਲ ਜੀ, ਬਿਲਕੁਲ। ਮੇਰੇ ਡੈਡੀ ਜੀ ਨੂੰ ਹੋਰ ਕੁਝ ਸੁਝਿਆ ਨਹੀਂ, ਉਹ ਕਹਿੰਦੇ ਚਲੋ ਮਿਸ਼ਰੀ ਰੱਖਦੇ ਆ। ਤੇ ਹਾਂਜੀ, ਮੇ ਹਲਵਾਈ ਸਾਡੀ ਦੁਕਾਨ ਹੈ ਜੀ ਮਿਠਾਈਆਂ ਦੀ, ਆਇਓ ਪਲੀਜ਼ ਕਦੀ ਖਾਣ। ਔਰ ਜਸਵਿੰਦਰ ਪੱਲਾ ਜੀ ਦੇ ਸਪੁੱਤਰ ਤੁਸੀਂ ਫਿਲਮ ਦੇ ਵਿੱਚ ਬਣੇ ਹੋ ਭਾਜੀ, ਚਮਨ ਲਾਲ ਕੱਪੜਿਆਂ ਵਾਲੇ। ਚਮਨ ਲਾਲ ਕੱਪੜਿਆਂ ਵਾਲਿਆਂ ਦਾ ਮੈਂ ਪੁੱਤਰ ਹਾਂ, ਮੇਰਾ ਨਾਮ ਹੈ ਨੀਟਾ। ਤੁਸੀਂ ਮੈਨੂੰ ਇਹ ਗੱਲ ਸਮਝਾਓ ਕਿ ਜਿਹੜਾ ਦੁਸ਼ਹਿਰੇ ਵਾਲਾ ਦਿਨ ਹੈ, ਉਦੋਂ ਰਾਵਣ ਸੜਿਆ ਕਿਉਂ ਨਹੀਂ ਹੈ? ਔਰ ਖਾਸ ਕਰਕੇ ਪ੍ਰੋਗਰਾਮ ਜਿਹੜਾ ਹੈ ਉਹ ਭਾਜੀ ਦੇ ਪਿਤਾ ਜੀ ਨੇ ਆਰਗੇਨਾਈਜ਼ ਕਰਾਇਆ ਸੀ, ਕੀ ਲੱਗਦਾ ਇਸ ਦੇ ਵਿੱਚ ਅਨੇਜਾ ਹਲਵਾਈ ਦਾ ਕੋਈ ਹੱਥ ਹੈਗਾ ਭਾਜੀ? ਮੈਂ ਇਹ ਐਕਚੁਅਲੀ ਇਹ ਹੈਗੀ ਹੈ ਚਾਲ, ਇੱਕ ਬੜੀ ਫੱਟੀ ਜਿਹੜੀ ਕਿ ਫਿਲਮ 'ਚ ਦੇਖ ਕੇ ਪਤਾ ਲੱਗੂ ਇਹ ਚਾਲ ਚੱਲੀ ਕਿਹਨੇ ਹੈ। ਇਹ ਦੱਸੋ ਭਾਜੀ ਕਿ ਨੋਟਬੰਦੀ ਹੋ ਗਈ ਹੈ ਔਰ ਤੁਹਾਨੂੰ ਬੈਗ ਦਿੱਤਾ ਗਿਆ ਹੈ, ਥੋੜਾ ਸਾਂਭ ਕੇ ਉਹਨੂੰ, ਤੁਸੀਂ ਸਕੂਟਰ ਤੋਂ ਪੈਸੇ ਸੁੱਟ ਰਹੇ ਹੋ ਕਮਾਲ। ਦੇਖੋ, ਇਹ ਰਿਸਪੌਂਸਿਬਿਲਿਟੀ ਹੈ ਇਹਨਾਂ ਦੀ ਅੱਜ ਕੱਲ੍ਹ ਦੇ ਜਵਾਕਾਂ ਦੀ, ਕਹਿੰਦੇ ਮੈਂ ਸਾਂਭ ਕੇ ਰੱਖੂੰਗਾ ਸਾਂਭ ਕੇ ਰੱਖੂੰਗਾ। ਉਹਦੇ ਵਿੱਚ ਨੋਟ ਕਿਹੜੇ ਸੀਗੇ, ਪੁਰਾਣੇ ਵਾਲੇ ਸੀਗੇ ਜਾਂ ਫਿਰ ਨਵੇਂ? ਉਹ ਤਾਂ ਹੁਣ ਉਹ ਤਾਂ ਰੱਬ ਜਾਣਦਾ ਜੀ, ਇਹ ਬੜੇ ਚਲਾਕ ਬਣਦੇ ਨੇ, ਸਾਡੇ ਕੋਲ ਪੁੱਛ ਰਹੇ ਨੇ ਤੁਸੀਂ ਇਹਦਾ ਘੁਮਾ ਫਿਰਾ ਕੇ ਜਿਹੜੇ ਆ ਰਹੇ ਹੋ ਨਾ ਕੁਐਸਚਨਸ ਤੇ, ਆਪਾਂ ਵੀ 13 ਅਪ੍ਰੈਲ ਤੇ ਅਟਕੇ ਹੋਇਆ। ਅੱਛਾ, ਮਾਸਟਰ ਸਲੀਮ ਨੂੰ ਉਹ ਪੈਸੇ ਦੇਣੇ ਸੀਗੇ ਅਨੇਜਨ ਜੀ ਨੇ, ਔਰ ਤੁਸੀਂ ਉਹ ਲੈ ਕੇ ਫਰਾਰ ਹੋ ਗਏ, ਔਰ ਇਨਸਾਫ ਤੁਹਾਡੇ ਨਾਲ ਵੀ ਚੰਗਾ ਰੱਬ ਨੇ ਕੀਤਾ ਹੈ, ਉਦੋਂ ਨੋਟਬੰਦੀ ਹੋ ਗਈ। ਹਾਂਜੀ, ਇਹ ਫਿਰ ਉਹੀ ਨਾ ਮਿਲਦਾ ਹੁੰਦਾ ਫਲ ਕਰਮਾ। ਹਾਂ, ਮਾਤਾ ਰਾਣੀ ਦੇ ਪੈਰ ਚੁੱਕੇ ਭੱਜੇ ਜੀ, ਮਾਤਾ ਰਾਣੀ ਦਾ ਸ਼ਰਾਬ। ਡਿਫਰੈਂਟ ਜਿਹਾ ਕੋਨਸੈਪਟ ਸੀਗਾ ਇਹ ਨਾ, ਆਈਡੀਆ ਕਿਸ ਦਾ ਸੀਗਾ? ਇਹ ਰਿਦਮ ਬੋਇਜ਼ ਦਾ ਹੀ ਆਈਡੀਆ ਹੈ, ਅਮਰਿੰਦਰ ਭਾਅ ਜੀ, ਕਾਰਜ ਭਾਅ ਜੀ ਹੋਰਾਂ ਦਾ। ਉਹ ਸੁਣਦੇ ਨੇ ਸਕ੍ਰਿਪਟ, ਅਤੇ ਧੀਰਜ ਭਾਅ ਜੀ ਦੀ ਇਹ ਲਿਖੀ ਹੋਈ ਹੈ, ਧੀਰਜ ਰਤਨ ਭਾਅ ਜੀ, ਉਹਨਾਂ ਨੇ ਬੜੀਆਂ ਵੱਡੀਆਂ ਵੱਡੀਆਂ ਫਿਲਮਾਂ ਦਿੱਤੀਆਂ ਨੇ, ਬ੍ਰਿਲੀਅੰਟ ਰਾਈਟਰ ਨੇ ਉਹ। ਐਕਚੁਅਲੀ ਇਹ ਟੀਮ ਬੜੀ ਕਮਾਲ ਹੈ, ਇਹ ਜਦੋਂ ਬੈਠ ਜਾਂਦੇ ਨੇ ਨਾ, ਫਿਰ ਇਹ ਕੁਛ ਨਵਾਂ ਹੀ ਲੈ ਕੇ ਆਉਂਦੇ ਨੇ। ਅਤੇ ਮੈਂ ਅਸੀਂ ਸਿਮੀ ਹੋਰਾਂ ਅਸੀਂ ਇਕੱਠੇ ਗੱਲ ਹੀ ਕਰਦੇ ਸੀ ਕਿ ਯਾਰ ਵੀ ਆਰ ਬਲੈਸਡ ਕਿ ਆਪਾਂ ਇਹਨਾਂ ਨਾਲ ਕੰਮ ਕਰ ਰਹੇ ਹਾਂ। ਪਰ ਸਬਟਾਈਟਲਸ ਵਾਲਾ ਆਈਡੀਆ ਵੀ ਇੱਕ ਬਹੁਤ ਵਧੀਆ ਆਈਡੀਆ ਸੀਗਾ, ਉਹ ਕਿਸ ਦਾ ਆਈਡੀਆ ਸੀ? ਉਹ ਦੇਖੋ, ਇਹ ਮੈਂ ਤੁਹਾਨੂੰ ਦੱਸਿਆ, ਇਹ ਬੈਠੇ ਜਿਹੜੇ ਬਾਬੇ ਬੈਠੇ ਨੇ ਨਾ। ਅੱਛਾ, ਵੱਡੇ ਬਾਬੇ ਬੈਠੇ ਨੇ ਸਾਰਾ, ਸੋ ਦੇ ਆਰ ਥਿੰਕਿੰਗ ਨੈਸ਼ਨਲੀ ਹੈ ਨਾ, ਦੇ ਆਰ ਥਿੰਕਿੰਗ ਓਵਰ ਇਟ ਕਿ ਕਿਵੇਂ ਕਿਸ, ਕਿਉਂਕਿ ਦੇਖੋ ਇਹ ਹਰ ਇੱਕ ਬੰਦਾ ਰਿਲੇਟ ਕਰੂਗਾ ਇਸ ਗੱਲ ਦੇ ਨਾਲ, ਅਤੇ ਉਹ ਇੱਕ ਜ਼ਬਾਨ 'ਚ ਕਹਿ ਕੇ ਉਹਨੂੰ ਲਿਮਿਟਡ ਨਹੀਂ ਆਪਾਂ ਕਰ ਸਕਦੇ ਸੀ, ਇਸ ਕਰਕੇ ਉਹਨਾਂ ਨੇ ਸਬ ਟਾਈਟਲਸ ਦੇ ਦਿੱਤੇ, ਹੁਣ ਹਰ ਇੱਕ ਨੂੰ ਸਮਝ ਗਿਆ। ਔਰ ਲੱਕੀਲੀ ਜਿਹੜੀ ਜ਼ਬਾਨ ਹੈ ਪੰਜਾਬੀ ਨਾ, ਉਹ ਸਮਝ ਆ ਜਾਂਦੀ ਹੈ ਹਿੰਦੀ
ਭਾਸ਼ੀ ਜਿਹੜੇ ਹੁੰਦੇ ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ। ਮੈਂ ਕਹੂੰਗਾ ਪਹਿਲੀ ਅਜਿਹੀ ਫਿਲਮ ਹੈ ਜਿਸ ਦੇ ਵਿੱਚ ਇੱਕ ਕਰੂਅਲ ਟਾਈਮ ਸੀਗਾ ਜਦੋਂ ਕਈ ਕਾਫੀ ਜਾਨਾਂ ਗਈਆਂ ਔਰ ਬੜੇ ਹਾਸਮਈ ਢੰਗ ਦੇ ਨਾਲ ਇਸ ਫਿਲਮ ਦੇ ਵਿੱਚ ਉਸ ਮੁੱਦੇ ਨੂੰ ਔਰ ਇਸ ਮੈਸੇਜ ਨੂੰ ਸਪਰੈਡ ਕੀਤਾ ਜਾ ਰਿਹਾ ਹੈ। ਕਿੰਨੇ ਐਕਸਾਈਟਿਡ ਹੋ ਪ੍ਰੋਮੋ ਦਾ ਜੋ ਰਿਸਪੌਂਸ ਮਿਲਿਆ ਹੈ? ਕਹਿਣ ਵਾਲੀ ਗੱਲ ਹੀ ਨਹੀਂ ਹੈ ਜੀ, ਆਪਾਂ ਬਹੁਤ ਐਕਸਾਈਟਿਡ ਹਾਂ, ਬਹੁਤ ਜ਼ਿਆਦਾ, ਇੰਨੀ ਖੁਸ਼ੀ ਹੋ ਰਹੀ ਆ। ਮੇਰੇ ਆਪਣੇ ਫਰੈਂਡਸ ਨੇ ਇੰਨੇ ਮੁੰਬਈ ਅਤੇ ਜਿਹਨੂੰ ਨਹੀਂ ਵੀ ਆਉਂਦੀ ਪੰਜਾਬੀ, ਉਹ ਕਹਿੰਦੇ ਵੀ ਦੇਖਣੀ ਹੀ ਦੇਖਣੀ ਹੈ ਮੂਵੀ, ਵੀ ਇੱਥੇ ਲਵਾਓ ਇੱਥੇ ਲਵਾਓ। ਪੂਨੇ ਤੋਂ ਕਿੰਨੀ ਜਗ੍ਹਾ ਤੋਂ ਮੈਸੇਜਸ ਆ ਰਹੇ ਨੇ, ਹੈਦਰਾਬਾਦ, ਲਖਨਊ, ਕਿ ਵੀ ਵਾਂਟ ਦ ਮੂਵੀ ਟੂ ਬੀ ਐਵਰੀਵੇਅਰ, ਵੀ ਸਾਰੀ ਜਗ੍ਹਾ ਰਿਲੀਜ਼ ਕਰਵਾਓ। ਫਿਲਮ ਦੇ ਵਿੱਚ ਕੋਈ ਆਪਣੇ ਨਾਲ ਜਿਹੜੇ ਸਹਿਯੋਗੀ ਦੁਕਾਨ ਦੇ ਉੱਤੇ ਰੱਖੇ ਹੋਏ ਨੇ, ਉਹ ਕਿੱਦਾਂ ਕਿਸੇ 20 ਸਾਲ ਦੀ ਕੁੜੀ ਨੂੰ 30 ਸਾਲ ਦਾ ਕਹਿ ਕੇ 25 ਸਾਲ ਦਾ ਡਿਸਕਾਊਂਟ 5 ਸਾਲ ਦਾ? ਉਹਨਾਂ ਬਾਰੇ ਵੀ ਮੈਂ ਕਹਿਣਾ ਚਾਹੁੰਦਾ, ਅਸ਼ੋਕ ਜੀ ਇਜ਼ ਬ੍ਰਿਲੀਅੰਟ। ਮੈਂ ਕਹਿੰਦਾ ਇਸ ਫਿਲਮ ਦੇ ਵਿੱਚ ਹਰ ਇੱਕ ਉਹ ਕੈਰੈਕਟਰ, ਉਹ ਐਕਟਰ ਜਿਹਨੇ ਕੈਰੈਕਟਰ ਪਲੇਅ ਕੀਤਾ ਨਾ, ਅਮੇਜ਼ਿੰਗ ਹੈ। ਬਿਲਕੁਲ ਡਿਫਰੈਂਟ ਕੀਤਾ ਸਾਰਿਆਂ ਨੇ, ਜੋ ਹੁਣ ਤੱਕ ਕਰਦੇ ਆਏ ਨੇ। ਈਵਨ ਜਦੋਂ ਮੋਨੀਟਰ 'ਤੇ ਜਦੋਂ ਅਸੀਂ ਸ਼ੋਟ ਦਿੰਦੇ ਸੀ ਮੋਨੀਟਰ 'ਤੇ, ਅਮਰਿੰਦਰ ਭਾਅ ਜੀ, ਕਾਰਜ ਭਾਅ ਜੀ, ਕਸ਼ਤਿਜ ਭਾਅ ਜੀ ਬੈਠੇ ਹੁੰਦੇ ਸੀ, ਈਵਨ ਧੀਰਜ ਭਾਅ ਜੀ ਉੱਥੇ ਮੌਜੂਦ ਸੀਗੇ, ਉਹ ਦੇਖਦੇ ਸੀ, ਉਹ ਕਹਿੰਦੇ ਸੀ ਯਾਰ ਨਹੀਂ, ਕੁਛ ਡਿਫਰੈਂਟ ਕਰਨਾ, ਉਹ ਨਹੀਂ ਜੋ ਆਪਾਂ ਦੇਖ ਚੁੱਕੇ ਹਾਂ, ਕੁਛ ਡਿਫਰੈਂਟ ਕਰਨਾ, ਕੁਛ ਅਲੱਗ ਜਿਹੀ ਚੀਜ਼ ਪੇਸ਼ ਕਰਨਾ। ਤੋਂ ਇੱਦਾਂ ਦਾ ਕੋਈ ਕਨਸੈਪਟ ਲੈ ਕੇ ਆਉਂਦਾ, ਉਦੋਂ ਆਪਣੀ ਵੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਉਸਨੂੰ ਜਸਟਿਸ ਦੇਣਾ ਹੁੰਦਾ ਹੈ, ਜਸਟੀਫਾਈ ਕਰਨਾ ਹੁੰਦਾ ਕੈਰੈਕਟਰ ਨੂੰ। ਕਿੰਨਾ ਟਾਈਮ ਲੱਗਿਆ ਉਹ ਉਸ ਕੈਰੈਕਟਰ ਦਾ? ਆਈ ਟੁੱਕ ਅ ਵਾਈਲ, ਬਿਕਾਜ਼ ਮਿਸ਼ਰੀ ਬਹੁਤ ਡਿਫਰੈਂਟ ਸੀ ਉਹ ਚੀਜ਼ਾਂ 'ਚ ਜਿਹੜੀ ਮੈਂ ਹਜੇ ਤੱਕ ਕਰ ਚੁੱਕੀ ਹਾਂ। ਇਹ ਕਾਇੰਡ ਆਫ ਕੰਫਰਟ ਜ਼ੋਨ ਤੋਂ ਬਾਹਰ ਆਉਣਾ ਸੀ, ਅਤੇ ਮੈਨੂੰ 2-3 ਦਿਨ ਪੱਕਾ ਲੱਗੇ ਸੀ ਮਿਸ਼ਰੀ ਦੇ ਅੰਦਰ ਵੜਨ ਨੂੰ, ਬਿਕਾਜ਼ ਮੇਰਾ ਇਹ ਹਿਸਾਬ ਨਹੀਂ ਐਜ਼ ਐਨ ਐਕਟਰ ਕਿ ਆਓ ਸਕ੍ਰਿਪਟ ਪੜ੍ਹੋ ਅਤੇ ਕਰੋ ਅਤੇ ਬਾਏ ਬਾਏ। ਆਈ ਵਾਂਟ ਟੂ ਬੀ ਦ ਪਾਰਟ ਆਫ ਪ੍ਰੋਜੈਕਟ ਫਰੋਮ ਬਿਗਨਿੰਗ, ਜਦੋਂ ਤੋਂ ਸਕ੍ਰਿਪਟ ਪ੍ਰੋਬੇਬਲੀ ਐਂਡ ਟਿਲ ਦੀ ਐਂਡ। ਮੈਨੂੰ 2-3 ਦਿਨ ਲੱਗੇ ਸੀ ਮਿਸ਼ਰੀ ਫੜਨ ਨੂੰ, ਕਿਉਂਕਿ ਇਹੋ ਜਿਹਾ ਕੈਰੈਕਟਰ ਆ ਜੋ ਬਹੁਤ ਹੀ ਪਿਆਰੀ ਆ, ਚੁਲਬੁਲੀ ਆ, ਸਮਾਰਟ ਆ, ਵੈਰੀ ਕੋਨਫੀਡੈਂਟ, ਔਰ ਬਹੁਤ ਹੀ ਬਾਰੀਕ ਲਾਈਨਾਂ ਸੀ ਮਿਸ਼ਰੀ 'ਚ, ਕਿ ਮੈਨੂੰ ਨਹੀਂ ਚਾਹੀਦਾ ਸੀ ਕਿ ਕੈਰੈਕਟਰ ਮੇਰਾ ਖਿਜਣ ਵਾਲਾ ਹੋਵੇ। ਆਈ ਡਿਡਨਟ ਵਾਂਟ ਦੈਟ ਕਾਈਂਡ ਆਫ ਮਿਸ਼ਰੀ, ਮੈਨੂੰ ਐਕਚੁਅਲੀ ਮਿਸ਼ਰੀ ਚਾਹੀਦੀ ਸੀ ਜਿਹੜੀ ਮਿਸ਼ਰੀ ਹੋਵੇ ਵਿਦ ਅ ਲਿਟਲ ਮਿਰਚ, ਲਿਟਲ ਬਿਟ ਆਫ ਲਾਲ ਮਿਰਚ। ਕੁਆਇਟ ਵਾਈਲ ਟੂ ਫੋਰ ਯੂ ਟੂ ਟੇਕ ਮਿਸ਼ਰੀ, ਪਰ ਜਿਹਨੂੰ ਮਿਸ਼ਰੀ ਚਾਹੀਦੀ ਨਹੀਂ ਸੀ ਨੀਟੇ ਨੂੰ, ਉਹਨੂੰ ਕਿੱਦਾਂ ਅਖੀਰ ਦੇ ਵਿੱਚ ਮਿਸ਼ਰੀ ਜਿਹੜੀ ਆ ਮਿਲ ਗਈ? ਔਰ ਤੀਜਾ ਕੌਣ ਹੈ ਭਾਜੀ, ਉਹ ਜੋ ਜਿਹਨੂੰ ਜੋ ਮਿਸ਼ਰੀ ਨੂੰ ਬਹੁਤ ਪਿਆਰ ਕਰਦਾ? ਬ੍ਰਿਲੀਅੰਟ ਐਕਟਰ। ਮੈਂ ਆਪਾਂ ਜੇ ਇੱਥੇ ਬੋਲਣ ਲੱਗ ਜਾਈਏ ਨਾ ਇੱਕ ਕੈਰੈਕਟਰ ਬਾਰੇ, ਐਕਟਰ ਬਾਰੇ, ਆਈ ਗੈਸ ਪੂਰਾ ਦਿਨ ਨਿਕਲ ਜੂਗਾ, ਕਿਉਂਕਿ ਜਿੰਨੇ ਵੀ ਕੈਰੈਕਟਰਸ ਪਲੇਅ ਕੀਤੇ ਨੇ, ਦੇਅਰ ਸੋ ਵੰਡਰਫੁਲ। ਆਪਾਂ ਤਾਂ ਮਤਲਬ ਸਾਡਾ ਸ਼ਾਟ ਵੀ ਨਹੀਂ ਹੁੰਦਾ ਸੀ ਨਾ, ਆਪਾਂ ਬੈਠੇ ਹੁੰਦੇ ਸੀ ਮੋਨੀਟਰ 'ਚ ਸਾਰਿਆਂ ਨੂੰ ਦੇਖਣ। ਸੁਮਿਤ ਉਹਨਾਂ ਦਾ ਨਾਂ ਹੈ, ਗੋਲੂ ਉਹ ਦਾ ਕੈਰੈਕਟਰ ਉਹ ਕਰ ਰਹੇ ਨੇ ਯਾਰ, ਉਹ ਹੋਰ ਵੀ ਕਈ ਹਿੰਦੀ ਫਿਲਮਾਂ 'ਚ ਆ ਚੁੱਕੇ ਔਰ ਬ੍ਰਿਲੀਅੰਟ ਐਕਟਰ ਆ ਉਹ, ਸੁਮਿਤ ਗੁਲਾਟੀ। ਉਹਨਾਂ ਨਾਲ ਕੰਮ ਕਰਕੇ ਮਜ਼ਾ ਬਹੁਤ ਆਇਆ ਐਕਚੁਅਲੀ, ਜਦੋਂ ਉਹ ਐਕਟ ਕਰਦੇ ਸੀਗੇ ਨਾ ਉਦੋਂ ਹਾਸਾ ਆ ਜਾਂਦਾ ਸੀ, ਡਾਇਲੋਗ ਹੀ ਸੀ ਨਿਕਲਦੇ ਮੂੰਹ 'ਚੋਂ। ਤੁਹਾਡੇ ਨਾਲ ਬਹੁਤ ਸੀਨੀਅਰ ਜਿੱਦਾਂ ਬੀ ਐਨ ਸ਼ਰਮਾ ਜੀ ਨੇ, ਅਨੀਤਾ ਦੇਵਗਨ ਜੀ ਨੇ, ਔਰ ਉਹ ਇਸ ਇੰਡਸਟਰੀ ਜਸਵਿੰਦਰ ਭੱਲਾ ਜੀ ਨੇ, ਔਰ ਜਿਹੜਾ ਪੂਰਾ ਔਰਾ ਹੈ ਇਸ ਫਿਲਮ ਦਾ, ਕਾਮੇਡੀ ਡਰਾਮਾ ਹੈਗਾ, ਕਿੱਦਾਂ ਦਾ ਔਨਸੈਟ ਮਾਹੌਲ ਰਹਿੰਦਾ ਸੀਗਾ ਉਹਨਾਂ ਦੇ ਨਾਲ, ਔਰ ਕੀ ਕੁਛ ਸਿੱਖਣ ਨੂੰ ਮਿਲਿਆ ਉਹਨਾਂ ਨੂੰ? ਹਾਂ, ਲੱਕੀਲੀ ਦੇਖੋ, ਕਿਉਂਕਿ ਇਹਨਾਂ ਸਾਰੇ ਐਕਟਰਸ ਨਾਲ, ਵੱਡੇ ਵੱਡੇ ਐਕਸਪੀਰੀਅੰਸ ਬੰਦਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਪਹਿਲਾਂ ਵੀ, ਹੁਣ ਵੀ, ਇਹ ਐਵੇਂ ਲੈਂਦੇ ਨੇ, ਬੈਠ ਕੇ ਗੱਲਾਂ ਕਰਦੇ ਨੇ ਆਪਣੇ ਬੱਚਿਆਂ ਵਾਂਗੂ। ਅੱਛਾ ਦੱਸੋ, ਆਫਸੈਟ ਜਿਹੜਾ ਸਭ ਤੋਂ ਜ਼ਿਆਦਾ ਇਹਨਾਂ ਤਿੰਨਾਂ ਦੇ ਵਿੱਚ ਜੌਲੀ ਕੌਣ ਹੈ? ਸੌਰੀ, ਜੌਲੀ ਛੱਡ ਦਿੰਦੇ ਨੇ, ਇਹਨਾਂ ਕੋਲ ਐਕਸਪੀਰੀਅੰਸ ਹੀ ਇਹਨਾਂ ਗੱਲਾਂ ਦਾ, ਗੱਲ ਕਰਨ ਦਾ ਅੰਦਾਜ਼ ਬੜਾ ਕਮਾਲ ਹੈ ਸਾਰਿਆਂ ਦਾ, ਛੋਟੀ ਜਿਹੀ ਗੱਲ ਕਹਿੰਦੇ ਨੇ ਸਾਰਾ ਮਾਹੌਲ ਖੁਸ਼ਨਮਾ ਕਰ ਦਿੰਦੇ, ਬਹੁਤ ਕੰਫਰਟੇਬਲ ਫੀਲ ਕਰਾਉਂਦੇ ਨੇ ਸਾਰੇ, ਕਿਉਂਕਿ ਮੇਰਾ ਪਹਿਲਾ ਟਾਈਮ ਸੀ ਕੰਮ, ਮੈਂ ਬੀ ਐਨ ਸ਼ਰਮਾ ਸਰ ਜੀ ਨਾਲ, ਭੱਲਾ ਸਰ ਜੀ ਨਾਲ ਪਹਿਲੀ ਵਾਰੀ ਕੰਮ ਕੀਤਾ, ਅਤੇ ਫੋਰ ਮੀ ਵਾਸ ਫਸਟ ਟਾਈਮ, ਐਂਡ ਓ ਮਾਈ ਗੋਡ, ਇੰਨਾ ਵਧੀਆ ਐਕਸਪੀਰੀਅੰਸ, ਬਹੁਤ ਵਧੀਆ ਲੱਗਦਾ, ਇੱਦਾਂ ਲੱਗਦਾ ਵੀ ਫੈਮਿਲੀ 'ਚ ਬਹਿ ਕੇ, ਇੱਕ ਤਾਂ ਟੀਮ ਇਹੋ ਜਿਹੀ ਆ ਵੀ ਫੈਮਿਲੀ ਫੈਮਿਲੀ। ਪਰ ਇੱਕ ਗੱਲ ਜਿਹੜੀ ਸਾਰੀ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ, ਉਹਨਾਂ ਦੀ ਤਾਰੀਫ ਬਣਦੀ ਹੈ, ਕਿਉਂਕਿ ਕਿੱਦਾਂ ਦੇ ਮੁੱਦੇ ਚੁੱਕੇ ਜਾ ਰਹੇ ਨੇ ਅੱਜ ਦੀ ਇੰਡਸਟਰੀ ਦੇ ਵਿੱਚ ਭਾਜੀ, ਪਹਿਲਾਂ ਕਾਮੇਡੀ ਤੋਂ ਹੀ ਆਪਾਂ ਸ਼ੁਰੂ ਹੋਏ ਹਾਂ, ਜਿਹਦੇ ਵਿੱਚ ਕੋਈ ਮੈਸੇਜ ਕੋਈ ਖਾਸ ਨਹੀਂ ਸੀ ਹੁੰਦਾ, ਮੁੱਦਿਆਂ 'ਤੇ ਆਧਾਰਿਤ ਨਹੀਂ ਸੀ ਹੁੰਦਾ, ਫਿਰ ਹੁਣ ਜਿੱਦਾਂ ਸੱਜਣ ਸਿੰਘ ਗਰੂਪ ਤੋਂ ਬਾਅਦ ਹੁਣ ਇੱਕ ਬਿਲਕੁਲ ਡਿਫਰੈਂਟ ਜੋਨਰ ਪੰਜਾਬੀ ਫਿਲਮ ਇੰਡਸਟਰੀ, ਕੀ ਲੱਗਦਾ ਹੋਰ ਵੀ ਇੱਦਾਂ ਦੇ ਬਲੱਡ ਦੀ ਲੋੜ ਹੈ ਜਿਹੜੀ ਹਿਸਟਰੀ ਦੇ ਪੰਨੇ ਫਰੋਲੇ ਔਰ ਮੈਸੇਜਿੰਗ ਹੋਣੀ ਚਾਹੀਦੀ ਹੈ, ਮਾਸ ਕਮਿਊਨੀਕੇਸ਼ਨ? ਡੈਫੀਨੇਟਲੀ, ਐਕਚੁਅਲੀ ਵਰਕ ਕਰਨਾ ਬਹੁਤ ਜ਼ਰੂਰੀ ਹੈ ਬਈ, ਜਿਵੇਂ ਜਿਹੜੇ ਮੇਕਰਸ ਵਰਕ ਕਰਦੇ ਨੇ ਕੌਨਸੈਪਟ ਦੇ ਉੱਤੇ, ਫਿਲਮ ਦੀ ਸਕ੍ਰਿਪਟ ਦੇ ਉੱਤੇ ਨਾ, ਸਾਰਾ ਕੁਛ ਪਹਿਲਾਂ ਪ੍ਰੀਲਿਮਿਨਰੀ ਕੰਮ ਕਰਦੇ ਨੇ, ਉਹ
ਫਿਲਮ ਸਕਸੈਸਫੁਲ ਹੋ ਜਾਂਦੀ ਹੈ ਉਹ ਲੋਕਾਂ ਨੂੰ ਸਮਝ ਆ ਜਾਂਦੀ ਹੈ ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਮਝ ਨਹੀਂ ਆਉਂਦੀਆਂ ਇਸ ਕਰਕੇ ਉਹ ਰਹਿ ਜਾਂਦੀ ਹੈ ਇਸ ਹੋਮਵਰਕ ਬਹੁਤ ਜ਼ਰੂਰੀ ਹੈ ਕਿਸੇ ਵੀ ਪ੍ਰੋਜੈਕਟ 'ਤੇ ਕਿਸੇ ਵੀ ਕੋਨਸੈਪਟ ਨੂੰ ਜਦੋਂ ਤੁਸੀਂ ਇੱਕ ਪਹਿਲਾ ਸਟੈਪ ਲੈਂਦੇ ਹੋ ਨਾ ਤਾਂ ਕਿਉਂਕਿ ਕੋਨਸੈਪਟਸ ਬਹੁਤ ਟਾਈਮ ਬਹੁਤ ਅੱਛੇ ਹੁੰਦੇ ਨੇ ਜਿੰਨਾ ਤੁਸੀਂ ਟਾਈਮ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਲਗਾਓਗੇ ਉਹਨਾਂ ਫਾਲਤੂ ਨੂੰ ਪੋਸਟ ਪ੍ਰੋਡਕਸ਼ਨ ਦੇ ਵਿੱਚ ਜਿੰਨਾ ਦਿਲੋਂ ਕੰਮ ਕਰੋਗੇ ਮੈਂ ਪਰਸਨਲੀ ਇਹ ਵੀ ਮੰਨਦੀ ਆ ਕਿ ਜਦੋਂ ਤੱਕ ਤੁਸੀਂ ਆਪਣਾ ਪੈਸ਼ਨ ਆਪਣਾ ਦਿਲ ਵਿੱਚ ਨਹੀਂ ਪਾਓਗੇ ਨਾ I don't think so. It's gonna ਮੈਂ ਤੇ ਤਾਂ ਹੀ ਤੇ ਟ੍ਰੇਲਰ ਦੇਖ ਕੇ ਇੱਦਾਂ ਲੱਗ ਰਿਹਾ ਮੈਂ ਤਾਂ ਜਫੀ ਪਾ ਕੇ ਟੀਵੀ ਨੂੰ ਬੈਠਾ ਹੋਇਆ ਉਦੋਂ ਦਾ ਜਿਸ ਦਿਨ ਦਾ ਟ੍ਰੇਲਰ ਆਇਆ ਉਹ ਮੈਂ ਬੇਸਬਰੀ ਦੇ ਨਾਲ ਵੇਟ ਕਰ ਰਿਹਾ ਕਿ ਇਹ ਫਿਲਮ 13 April ਨੂੰ ਜਲਦੀ ਜਲਦੀ ਉਹ ਡੇਟ ਆਉਣੀ ਚਾਹੀਦੀ ਤੁਸੀਂ ਸਾਰੇ ਜਾਣੇ ਟੀਵੀ ਨੂੰ ਜਫੀ ਪਾ ਲਓ ਮੈਨੂੰ ਲੱਗਦਾ ਕਿ ਤੁਹਾਡਾ ਵੀ ਜੀ ਨਹੀਂ ਕਰ ਰਿਹਾ ਕਿਤੇ ਜਾਂਦਾ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ ਮੁੜ ਵਾਪਸ ਆਵਾਂਗੇ ਗੋਲਕ ਬੁਗਨੀ ਬੈਂਕ ਅਤੇ ਬਟੂਆ ਜ਼ਬਰਦਸਤ ਲਾਜਵਾਬ ਟ੍ਰੇਲਰ ਟੀਮ ਮੇਰੇ ਨਾਲ ਹੈ ਔਰ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਅ ਜੀ ਤੁਹਾਡੇ ਤੋਂ ਇਹ ਸਵਾਲ ਕਿਉਂਕਿ ਸਿੰਗਿੰਗ ਇੰਡਸਟਰੀ ਦੇ ਵਿੱਚ ਵੀ ਤੁਸੀਂ ਵੱਡਾ ਨਾਮ ਕਮਾਇਆ ਮਿਊਜ਼ਿਕ ਸੈਕਸ਼ਨ ਦੇ ਵਿੱਚ ਕੀ ਖਾਸ ਹੈ ਇਸ ਫਿਲਮ ਦੇ ਵਿੱਚ ਓਹ ਭਾਅ ਜੀ ਮਿਊਜ਼ਿਕ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਆਏ ਗੱਲ ਹਰ ਮਤਲਬ ਹਰ ਇੱਕ ਬੰਦਾ ਇਸ ਫਿਲਮ ਦੇ ਗਾਣਿਆਂ ਨੂੰ ਪਿਆਰ ਕਰਦਾ ਪਿਆ ਜਿੰਨਾ ਟ੍ਰੇਲਰ ਨੂੰ ਪਿਆਰ ਮਿਲਿਆ ਉਨਾ ਹੀ ਗਾਣਿਆਂ ਨੂੰ ਪਿਆਰ ਮਿਲਦਾ ਪਿਆ ਸੈਲਫੀ ਗਾਣੇ ਹੈ ਕਿੰਨਾ ਖੂਬਸੂਰਤ ਗਾਣਾ ਸੈਲਫੀ ਐਸੀ ਤੈਸੀ ਇੱਥੇ ਸੱਟ ਮਾਰਦਾ ਇੱਕ ਵਾਰੀ ਤੁਹਾਨੂੰ ਗਾ ਕੇ ਸੁਣਾਉਣਾ ਪੈਣਾ ਤਾਂ ਫੀਲ ਆਉਣੀ ਹੈ ਕਿਉਂਕਿ ਉਧਰਲੇ ਬੰਦੇ ਟੀਵੀ ਲੱਗੇ ਹੋਏ ਨੇ ਬਹੁਤ ਸੋਹਣਾ ਗਾਇਆ ਗੁਰਸ਼ਬਦ ਸਕਿੱਲ ਹੈ ਐਵਰੀਵਨ ਅਮਰਿੰਦਰ ਸਰ ਮੈਂ ਉਸ ਦੀ ਪੰਚ ਲਾਈਨ ਹੀ ਗਾ ਦਿੰਦਾ ਲੈ ਜੱਟਾ ਖਿੱਚ ਸੈਲਫੀ ਜੱਟੀ ਨੱਚੂਗੀ ਤੇਰੀ ਬਾਹ ਫੜ ਕੇ ਵੇ ਲੈ ਜੱਟਾ ਖਿੱਚ ਸੈਲਫੀ ਬਹੁਤ ਖੂਬਸੂਰਤ ਜ਼ਬਰਦਸਤ ਇੱਕ ਨਵਾਂ ਗਾਣਾ ਮੈਂ ਉਹ ਵੀ ਕਹਿਣਾ ਚਾਹੁੰਦਾ ਹੁਣੇ ਹੀ ਸੁਣਿਆ ਆਪਾਂ ਥੋੜੇ ਚਿਰ ਪਹਿਲਾਂ ਅਮਰਿੰਦਰ ਭਾਈ ਦੀ ਆਵਾਜ਼ ਦੇ ਵਿੱਚ ਹੈ ਯਾਰ ਕੀ ਮੈਜਿਕ ਹੈ ਉਹਨਾਂ ਦੀ ਆਵਾਜ਼ ਉਹਦੇ ਵੀ ਦੋ ਬੋਲ ਸੁਣਾ ਦਿਓ ਜੇ ਯਾਦ ਨੇ ਗੋਲਕ ਬੁਗਨੀ ਬੈਂਕ ਅਤੇ ਬਟੂਆ ਕਿਉਂ ਕੋਈ ਹੋਰ ਨਾਮ ਕਿਉਂ ਨੀ ਇੱਕ ਦਿਨ ਸਡਨਲੀ ਕਾਰਜ ਭਾਜੀ ਨੂੰ ਮੈਂ ਪੁੱਛਿਆ ਭਾਈ ਆਪਣੀ ਫਿਲਮ ਦਾ ਨਾਮ ਕੀ ਹੈ ਕਹਿੰਦੇ ਗੋਲਕ ਬੁਗਨੀ ਬੈਂਕ ਦੇ ਬਟੂਆ ਮੈਂ ਕਿਹਾ ਹਾਂਜੀ ਕਹਿੰਦੇ ਗੋਲਕ ਬੁਗਨੀ ਬੈਂਕ ਦੇ ਬਟੂਆ ਮੈਂ ਕਿਹਾ ਹਾਂਜੀ ਮੈਂ ਪੁੱਛਿਆ ਤੇ ਉਹ ਤਾਂ ਕਹਿੰਦੇ ਪਤਾ ਨਹੀਂ ਹਜੇ ਪਰ ਤੁਸੀਂ ਦੇਖੋ ਨਾ ਪਤਾ ਕੀ ਅਟਰੈਕਸ਼ਨ ਬਹੁਤ ਹੈ ਗੋਲਕ ਬੁਗਨੀ ਬੈਂਕ ਦੇ ਬਟੂਆ ਹਰ ਇੱਕ ਅੱਖਰ ਬਾਰੇ ਔਰ ਮੈਸੇਜ ਦੇ ਨਾਲ ਉਹ ਟੁਕਦਾ ਜੋ ਫਿਲਮ ਦਾ ਵਿੱਚ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਫਿਲਮ ਦੀ ਕਹਾਣੀ ਦੇ ਨਾਲ ਬਿਲਕੁਲ ਟੁਕਦਾ ਇਟਸ ਆਲ ਅਬਾਊਟ ਦ ਮਨੀ ਨਾ ਪਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਅਮਰਿੰਦਰ ਭਾਜੀ ਲਾਸਟ ਦੇ ਵਿੱਚ ਕਿੱਦਾਂ ਕੀ ਮਿਸਟਰੀ ਹੈ ਉਹ ਥੋੜਾ ਦੱਸੋ ਸਰਪ੍ਰਾਈਜ਼ ਆਪਾਂ ਸੱਚੀ ਦੱਸੀ ਸਾਨੂੰ ਵੀ ਨਹੀਂ ਪਤਾ ਭਾਜੀ ਕੋਈ ਅਜਿਹਾ ਦਿਨ ਜਿਹੜਾ ਇਸ ਫਿਲਮ ਦਾ ਸੀਗਾ ਜਿਹੜਾ ਭੁੱਲਦਾ ਨਹੀਂ ਕੋਈ ਖਾਸ ਗੱਲ ਸਾਰੇ ਹੀ ਦਿਨ ਬੜੇ ਖੂਬਸੂਰਤ ਰਹੇ ਨੇ ਕਿਉਂਕਿ ਕੋਈ ਇਹੋ ਜਿਹੀ ਫਿਲਮ ਹੁੰਦੀ ਹੈ ਜਾਂ ਇਹੋ ਜਿਹਾ ਕੰਮ ਹੁੰਦਾ ਪ੍ਰੋਜੈਕਟ ਹੁੰਦਾ ਜਿਸਦਾ ਤੁਸੀਂ ਹਰ ਦਿਨ ਇੰਜੋਏ ਕਰਦੇ ਹੋ ਇਹ ਉਹ ਫਿਲਮ ਹੈ ਭਾਵੇਂ ਧੁੰਦ ਬਹੁਤ ਜ਼ਿਆਦਾ ਹੁੰਦੀ ਸੀਗੀ ਠੰਡ ਬਹੁਤ ਜ਼ਿਆਦਾ ਹੁੰਦੀ ਸੀਗੀ ਬਟ ਸਟਿਲ ਅੱਛਾ ਇੱਕ ਇਹ ਸੀਗਾ ਕਿ ਜਿੱਥੇ ਸਾਡਾ ਬੇਸ ਸੀਗਾ ਜਿੱਥੇ ਅਸੀਂ ਵੈਨਿਟੀਜ਼ 'ਚ ਰੁਕਦੇ ਸੀ ਉਦੋਂ ਤੋਂ ਉਹਦੇ ਤੋਂ ਬੜੀ ਦੂਰ ਜਾਣਾ ਪੈਂਦਾ ਸੀ ਗਲੀਆਂ 'ਚੋਂ ਹੋ ਕੇ ਗੱਡੀ ਸਾਡੀ ਗੱਡੀਆਂ 'ਚ ਲੈ ਕੇ ਜਾਂਦੇ ਸਾਨੂੰ ਉਹ ਭੀੜੀਆਂ ਗਲੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਗੱਡੀ ਲੈ ਕੇ ਜਾਂਦੇ ਸੀ ਅਤੇ ਸਾਹਮਣੇ ਕੋਈ ਗੱਡੀ ਆ ਜਾਂਦੀ ਸੀ ਤਾਂ ਫਸ ਜਾਂਦੀ ਸੀ ਫਿਰ ਸਾਨੂੰ ਸੈਲਫੀਆਂ ਲੈਣੀਆਂ ਪੈਂਦੀਆਂ ਹੁੰਦੀਆਂ ਕਈ ਵਾਰੀ ਸਾਨੂੰ ਗੱਡੀ ਪਿੱਛੇ ਕਰਨੀ ਪੈਂਦੀ ਸੀ ਕਈ ਵਾਰੀ ਉਹਨਾਂ ਨੂੰ ਪਿੱਛੇ ਕਰਨੀ ਪੈਂਦੀ ਸੀ ਉੱਥੇ ਵੇਟ ਹੋ ਰਹੀ ਹੁੰਦੀ ਸੀ ਸੈੱਟ ਤੇ ਆ ਆ ਰਹੇ ਪਹੁੰਚ ਰਹੇ ਹਾਂ ਛੋਟੇ ਹੋ ਜਾਂਦੇ ਨੇ ਧੁੰਦਾਂ ਚ ਅੱਛਾ ਕੋਈ ਫੇਵਰਿਟ ਡਾਇਲੌਗ ਇਸ ਮੂਵੀ ਦਾ ਜਿਹੜਾ ਦਿਲ ਨੂੰ ਛੂ ਗਿਆ ਹੋਵੇ ਦਿਲ ਨੂੰ ਛੂਣਾ ਹੈ ਤਾਂ ਮੈਂ ਮਿਸ਼ਰੀ ਦੇ ਡਾਇਲੌਗਸ ਤਾਂ ਨਹੀਂ ਹੋਣਗੇ ਡੈਫੀਨਿਟਲੀ ਹੋਣਗੇ ਦਿਲ ਨੂੰ ਚੀਰਨ ਵਾਲੇ ਹੋਣਗੇ ਸਹੀ ਗੱਲ ਹੈ ਥੋੜਾ ਤਿੱਖਾ ਸੁਭਾਅ ਰੱਖਿਆ ਹੈ ਮਿਸ਼ਰੀ ਦਾ ਬਹੁਤ ਤਿੱਖਾ ਅੱਛਾ ਤਿੱਖੇ ਸੁਭਾਅ ਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਬਟ ਕਿਊਟ ਵੈਰੀ ਕਿਊਟ ਹਾਂ ਤਿੱਖਾ ਤੇ ਕਿਊਟ ਕਿਊਟ ਸ਼ਾਇਦ ਇਹ ਵੱਡਾ ਕਾਰਨ ਹੈ ਕਿ ਕਿਊਟਨੈਸ ਦੇ ਕਰਕੇ ਮਿਸ਼ਰੀ ਅਤੇ ਨੀਟਾ ਇਕੱਠੇ ਹੋਏ ਨੇ ਅਖੀਰ ਦੇ ਇਹ ਇਹ ਹੁਣ ਜੇ ਕੁਝ ਤਿੱਖਾ ਬੋਲੂਗੀ ਵੀ ਤਾਂ ਉਹ ਕਿਊਟ ਹੀ ਹੋਣਾ ਮਤਲਬ ਮਿਸ਼ਰੀ ਇਹੋ ਜਿਹਾ ਕੈਰੈਕਟਰ ਆ ਅੱਛਾ ਸਿਮੀ ਜੀ ਜਿੱਦਾਂ ਡਾਇਲੌਗਸ ਦੀ ਹੁਣ ਗੱਲਬਾਤ ਚੱਲ ਰਹੀ ਹੈ ਇੰਨੇ ਕੈਚੀ ਡਾਇਲੌਗਸ ਨੇ ਲਿਖੇ ਆਖਰ ਕਿਸ ਨੇ ਇਹ ਜੀ ਰਾਕੇਸ਼ ਧਵਨ ਜੀ ਨੇ ਲਿਖੇ ਨੇ ਐਂਡ ਲੈਟ ਮੀ ਟੈਲ ਯੂ ਹੀ ਵਾਸ ਵੈਰੀ ਸਪੋਨਟੇਨੀਅਸ ਉਹਨਾਂ ਨੂੰ ਬਸ ਸਿਚੁਏਸ਼ਨ ਦਿੱਤੀ ਜਾਂਦੀ ਸੀ ਐਂਡ ਉਹ ਤਿੰਨ ਚਾਰ ਆਪਸ਼ਨਸ ਲੈ ਕੇ ਆ ਜਾਂਦੇ ਸੀ ਹੀ ਵਾਸ ਵੈਰੀ ਗੁੱਡ ਸੋ ਦੀ ਤੁਹਾਨੂੰ ਡਿਲੀਵਰੀ ਕਰਨ ਦੇ ਵਿੱਚ ਕੋਈ ਦਿੱਕਤ ਪੇਸ਼ ਆਈ ਹੈ ਜਦੋਂ ਇਦਾਂ ਦੇ ਉਹ ਹੁੰਦੇ ਸੀ ਸੈੱਟ ਤੇ ਰਾਕੇਸ਼ ਭਾਜੀ ਹੀ ਵਾਸ ਆਲਵੇਸ देयर ਉਹ ਜਦੋਂ ਕਦੇ ਦਿੱਕਤ ਆਉਂਦੀ ਸੀਗੀ ਆਪ ਹੀ ਪੁੱਛ ਲੈਂਦੇ ਸੀ ਅਸੀਂ ਜਾਂ ਉਹ ਆਪ ਹੀ ਆ ਕੇ ਦੱਸ ਦਿੰਦੇ ਸੀ ਵੀ ਇਹਨੂੰ ਇਦਾਂ ਬੋਲ ਲਓ ਜੇ ਉਹ ਅੱਖਰ ਬੋਲਣ 'ਚ ਦਿੱਕਤ ਆ ਰਹੀ ਭਾਜੀ ਜਦੋਂ ਡਾਇਲੌਗ ਜਦੋਂ ਸਕ੍ਰਿਪਟ ਘੈਂਟ ਹੋਵੇ ਹੈ ਨਾ ਜੋ ਤੁਹਾਡਾ ਮਨ ਚਾਹੁੰਦਾ ਹੋਵੇ ਉਦੋਂ ਇੱਕ ਐਕਟਰ ਦੇ ਐਕਸਪ੍ਰੈਸ਼ਨਸ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਓਬਵੀਅਸਲੀ ਫਰਕ ਪੈਂਦਾ 101% ਕਿਉਂਕਿ ਜੇ ਤੁਹਾਡੀ ਸਕ੍ਰਿਪਟ ਰਾਈਟ ਡਾਇਰੈਕਸ਼ਨ 'ਚ ਆ ਉਹ ਨਰੇਟ ਕਰ ਰਹੀ ਹੈ ਜੋ ਉਸ 'ਚ ਹੈਗਾ ਜੋ ਕਹਿਣਾ ਚਾਹੁੰਦੇ ਹੋ
ਫਿਰ ਆਟੋਮੈਟਿਕਲੀ ਤੁਹਾਡਾ ਤੁਸੀਂ ਉਹੀ ਐਕਸਪ੍ਰੈਸ ਕਰਦੇ ਹੋ ਜੋ ਲਿਖਿਆ ਹੋਇਆ ਜਾਂ ਪਰ ਨਿਰਦੇਸ਼ਨ ਵੀ ਬਹੁਤ ਕਮਾਲ ਦਾ ਹੋਇਆ ਭਾਅ ਜੀ ਹੁਣਾਂ ਨੇ ਮੈਂ ਕਹਿੰਦਾ ਬਾ ਕਮਾਲ ਕੰਮ ਕੀਤਾ ਇਸ ਫਿਲਮ ਦੇ ਉਹਨਾਂ ਦੀ ਫਰੇਮਿੰਗ ਤਾਂ ਬਾ ਕਮਾਲ ਆ ਮਤਲਬ ਪਤਾ ਨਹੀਂ ਕਿੱਥੇ ਕਿੱਥੇ ਸਰ ਕੈਮਰਾ ਲਾਉਂਦੇ ਨੇ ਇਟਸ ਆਲਵੇਸ ਦੀ ਆਈ ਬਿਹਾਈਂਡ ਦ ਕੈਮਰਾ ਬਿਲਕੁਲ ਮਤਲਬ ਉਹ ਇੰਨਾ ਕੁ ਐਕਸਪ੍ਰੈਸ਼ਨ ਹੁੰਦਾ ਸੀ ਅਕਸ਼ਰ ਭਾਈ ਦਾ ਪਤਾ ਮੈਂ ਉਹਨਾਂ ਨਾਲ ਪਹਿਲੀ ਵਾਰੀ ਕੰਮ ਕੀਤਾ ਮੈਂ ਡਾਇਲੋਗ ਬੋਲਣਾ ਉਹਨਾਂ ਨੇ ਕਹਿਣਾ ਭਾਈ ਜਰਾ ਦੂਜੀ ਤਰ੍ਹਾਂ ਬੋਲ ਕੇ ਦੇਖੋ ਨੋਟਿਸ ਕੀਤਾ ਹੋਣਾ ਅਮਰਿੰਦਰ ਭਾਜੀ ਵਾਲਾ ਔਰ ਅਦਿਤੀ ਜੀ ਵਾਲਾ ਜਿਹੜਾ ਚੰਕ ਹੈ ਉਹ ਇਰਾ ਹੋਰ ਹੈ ਬਟ ਉਹ ਦੋਵੇਂ ਉਹਨਾਂ ਨੇ ਕਿਸ ਤਰੀਕੇ ਨਾਲ ਪੇਸ਼ ਕਰਨਾ ਅੰਗਰੇਜ਼ ਵਾਲੀ ਥੋੜੀ ਲੁੱਕ ਆ ਰਹੀ ਹੈ ਕੀ ਕੋਈ ਐਕਵੈਂਟੈਂਸ ਹੈ ਅੰਗਰੇਜ਼ ਫਿਲਮ ਦੇ ਨਾਲ ਇਹ ਆਪਾਂ ਨਹੀਂ ਤੁਹਾਨੂੰ ਦੱਸ ਸਕਦੇ ਨਾ ਅਸੀਂ ਇਸ ਬਾਰੇ ਕੁਝ ਕਹਿੰਦੇ ਜਿੰਨਾ ਮਰਜ਼ੀ ਪੁੱਛ ਲਓ ਦੋਵਾਂ ਨੇ ਕੁਝ ਨਹੀਂ ਦੱਸਣਾ ਪਰ ਸਾਡੀ ਜਿਹੜੀ ਉਹ ਕੋਸ਼ਿਸ਼ ਜਾਰੀ ਰਹੇਗੀ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੇਣਾ ਚਾਹੂੰਗਾ ਕਿ ਦੇਖਣ ਟ੍ਰੇਲਰ ਦੇਖ ਕੇ ਬੜਾ ਮਜ਼ਾ ਆਉਂਦਾ ਪਰ ਕਿੱਦਾਂ ਦੇ ਦਿਨ ਹੰਡਾਏ ਨੇ ਨੀਟਾ ਅਤੇ ਮਿਸ਼ਰੀ ਨੇ ਉਹ ਜਦੋਂ ਉਸਦੀ ਦਾਸਤਾਨ ਸੁਣੋਗੇ ਤਾਂ ਤੁਸੀਂ ਸਾਰੇ ਜਾਣੇ ਖੜ੍ਹੇ ਹੋ ਕੇ ਸਲਿਊਟ ਕਰੋਗੇ ਕਿਉਂਕਿ ਲਾਈਵ ਲੋਕੇਸ਼ਨਸ ਦੇ ਉੱਤੇ ਸ਼ੂਟਿੰਗਸ ਹੋਈਆਂ ਨੇ ਜਦੋਂ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਸ਼ੂਟਿੰਗ ਚੱਲ ਰਹੀ ਬਿਲਕੁਲ ਲਾਈਵ ਲੋਕੇਸ਼ਨ 'ਤੇ ਸ਼ੂਟਿੰਗ ਕਰਨ ਦਾ ਪਹਿਲਾ ਐਕਸਪੀਰੀਅੰਸ ਸੀ ਮੇਰਾ ਲਾਈਫ 'ਚ ਕਿਉਂਕਿ ਯੂਜਲੀ ਸੈਟਸ ਹੁੰਦੇ ਨੇ ਅਤੇ ਮਾਰਕੀਟ 'ਚ ਸ਼ੂਟ ਕਰਨਾ ਲਾਈਵ ਮਾਰਕੀਟ 'ਚ ਇਟ ਵਾਜ਼ ਅ ਟਾਸਕ ਬਟ ਇਟ ਵਾਜ਼ ਵੰਡਰਫੁਲ ਲਵਲੀ ਐਕਸਪੀਰੀਅੰਸ ਇੰਨਾ ਜ਼ਿਆਦਾ ਪਿਆਰ ਦਿੰਦੇ ਸੀ ਕਿੰਨੇ ਸ਼ੂਟ ਹੋਏ ਨੇ ਇੱਦਾਂ ਦੇ ਲਾਈਵ ਲੋਕੇਸ਼ਨ ਦੇ ਉੱਤੇ ਔਰ ਕਿੰਨਾ ਔਖਾ ਹੁੰਦਾ ਸੀਗਾ ਲਾਈਵ ਲੋਕੇਸ਼ਨ ਇਹ ਤਾਂ ਸਾਰੀ ਫਿਲਮ ਹੀ ਹਾਂਜੀ ਟੋਟਲ ਫਿਲਮ ਹੀ ਹੈ ਕਿਤੇ ਕਿਤੇ ਲੋਕੇਸ਼ਨਸ ਸੀਗੀਆਂ ਲੋਕੇਸ਼ਨਸ ਬਾਸੀ ਪਠਾਣਾ ਤੇ ਰੋਪੜ ਦਾ ਏਰੀਆ ਡੋਨਟ ਟੈਲ ਮੀ ਤੁਸੀਂ ਅਨੇਜਾ ਔਰ ਕੱਪੜਿਆਂ ਵਾਲੀ ਦੁਕਾਨ live shoot kiya hai wo bilkul peedi galiyan wala jo tusi trailer aap asli bade hairan sige that was all live that was all natural oh luckily rabb wallo edda sanu dukana miliyan ne sirf dukana de naam changed ne everything was all there so aneja te chaman lal di ladai live hui hai ye main tuhanu dass dena hai aur jo tusi trailer de utte anand maan rahe ho na nita ji ne live kapde dikhaye ne ਸਾਰਿਆਂ ਨੂੰ ਲਾਈਵ ਵੇਚੇ ਨੇ ਔਰ ਇਹਨਾਂ ਨੇ ਲੱਡੂ ਲਾਈਵ ਸਹੀ ਅਸੀਂ ਦੁਕਾਨ ਤੇ ਮਟਾਈ ਨੇ ਮੈਂ ਸਮੋਸੇ ਬਣਾਏ ਸੀ ਪਹਿਲੀ ਵਾਰੀ ਔਰ ਜਿਹੜੀਆਂ ਉਹਨੂੰ ਤੁਸੀਂ ਦੁੱਧ ਸਾੜਨ ਦੀ ਗੱਲ ਕੀਤੀ ਹੈ ਉਹ ਫਿਰ ਮੈਂ ਕਿਹਾ ਖੋਆ ਥੱਲੇ ਨਾ ਲਾ ਦੀ ਤੂੰ ਹੋਰ ਕੀ ਆਈ ਲਵ ਖੋਆ ਜੇ ਮੱਚ ਜਾਂਦਾ ਨਾਲੇ ਸਾਡਾ ਨੁਕਸਾਨ ਹੋਣਾ ਸੀ ਦੁਕਾਨ ਦਾ ਜਦੋਂ ਇਦਾਂ ਦੇ ਡਾਇਲੌਗਸ ਲਿਖੇ ਜਾਣ ਲਿਰਿਸਿਸ ਦੀ ਗੱਲ ਜਿਹੜੀ ਆ ਉਹ ਕਰਨੀ ਬਣਦੀ ਹੈ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਦੀ ਸਾਰੀ ਇੱਕ ਤਾਂ ਸਪੈਸ਼ਲੀ ਆਈ ਵੁੱਡ ਲਾਈਕ ਟੂ ਮੈਂਸ਼ਨ ਜਤਿੰਦਰ ਸ਼ਾਹ ਜੀ ਲਵਲੀ 뮤직 ਫੀਨੋਮੀਨਲ ਐਜ਼ ਯੂਜੂਅਲ ਆਈ ਡੋਨਟ ਨੋ ਹਾਊ ਡਸ ਹੀ ਡੂ ਇਟ ਭਾਜੀ ਹੁਣਾਂ ਨੇ ਫਿਲਮ ਅਵਾਰਡ 2018 ਦੇ ਵਿੱਚ ਵੀ ਕੋਈ ਸ਼ਾਇਦ ਅਵਾਰਡ ਹੋ ਗਿਆ ਮਚ ਡਿਜ਼ਰਵ ਸਾਲ ਮਲ ਮਾਰ ਮਚ ਡਿਜ਼ਰਵ ਹਰ ਸਾਲ ਕਰਦੇ ਕਿਦਾਂ ਨੇ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ ਹੈਲੋ ਕ੍ਰੀਏਟਿਵ ਹਾਂਜੀ ਕਿਉਂਕਿ ਇੰਨਾ ਜ਼ਿਆਦਾ ਕੰਮ 'ਚ ਵੇਰੀਏਸ਼ਨ ਦੇਣਾ ਐਂਡ ਹਰ ਪ੍ਰੋਜੈਕਟ 'ਚ ਪਰਫੈਕਸ਼ਨ ਆਈ ਡੋਨਟ ਨੋ ਕਿੱਦਾਂ ਕਰਦੇ ਨੇ ਕੰਸਿਸਟੈਂਸੀ ਬਹੁਤ ਜ਼ਿਆਦਾ ਹੈ ਕਿਉਂਕਿ ਐਕਸਪੈਕਟੇਸ਼ਨਸ ਵੀ ਭਾਅ ਜੀ ਹੁਣਾਂ ਤੋਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਆਈ ਵੋਂਟ ਬਿਲੀਵ ਜੇ ਭਾਅ ਜੀ ਇੱਕ ਨੋਰਮਲ ਜਿਹਾ 뮤직 ਦੇਣਗੇ ਨੈਵਰ ਟਾਂਦਾ ਥੀਏਟਰ ਟਾਈਮ ਤੋਂ ਅਸੀਂ ਇਕੱਠੇ ਕਰਦੇ ਹੁੰਦੇ ਸੀਗੇ ਜਦੋਂ ਮਤਲਬ ਬਹੁਤ ਸਾਲ ਪਹਿਲਾਂ ਦੀ ਗੱਲ ਹੈ 2000 ਦੇ ਅਰਾਊਂਡ ਦੀ ਗੱਲ ਹੈ ਭਾਅ ਜੀ ਹੋਰਾਂ ਨੇ 뮤직 ਕਰਨਾ ਸਾਡੇ ਨਾਟਕਾਂ ਦੇ ਵਿੱਚ ਔਰ ਉਹਨਾਂ ਦਾ 뮤직 ਨਾਟਕ ਦੇ ਵਿੱਚ ਜਾਨ ਪਾ ਦਿੰਦਾ ਸੀ ਉਸੇ ਤਰੀਕੇ ਨਾਲ ਫਿਲਮਾਂ 'ਚ ਜਾਨ ਪਾ ਦਿੰਦਾ ਉਹਨਾਂ ਦਾ 뮤직 ਉਹਨਾਂ ਕੋਲ ਨਾ ਇਹ ਸਾਰਿਆਂ ਕੋਲ ਪਤਾ ਨਹੀਂ ਕਿਹੜੀ ਗਿੱਦੜ ਸਿੰਘ ਜਿਹੜਾ ਇੱਦਾਂ ਦਾ ਭਾਅ ਜੀ ਇਨਸਾਨ ਹੈ ਜੋ ਇੰਨਾ ਕ੍ਰੀਏਟਿਵ ਹੈ ਸੁਭਾਅ ਦੇ ਕਿੱਦਾਂ ਬਹੁਤ ਕਿਉਂਕਿ ਰਾਈਟਰ ਹੋਣ ਜਾਂ ਕੋਈ 뮤직 ਉਹ ਨਵੀਂ ਚੀਜ਼ ਦੀ ਭਾਲ ਦੇ ਵਿੱਚ ਰਹਿੰਦੇ ਆ ਖੋਜ ਕਰਦੇ ਰਹਿੰਦੇ ਉਹ ਆਪਣਾ ਕਾਮ ਜ਼ਿੰਦਗੀ ਜੀਂਦੇ ਨੇ ਹਨਾ ਭਾਅ ਜੀ ਦੇਖੋ ਤੁਸੀਂ ਆਪ ਦੇਖੋ ਨਾ ਐਸੀ ਤੈਸੀ ਗਾਣਾ ਸੈਲਫੀ ਗਾਣਾ ਫਿਰ ਹੁਣ ਲੱਖ ਵਾਰੀ ਗਾਣਾ ਅਲੱਗ ਅਲੱਗ ਹੈ ਕਿਤੇ ਹੋਰ ਹੀ ਲੈ ਕੇ ਜਾਂਦੇ ਨੇ ਤੁਹਾਨੂੰ ਇਹ ਗਾਣੇ ਇਨਟੂ ਦ ਨਿਊ ਵਰਲਡ ਯੂ ਫੀਲ ਇਟ ਮਤਲਬ ਆਪਣੇ ਅਲਫਾਜ਼ਾਂ ਦੇ ਨਾਲ ਉਹ ਤੁਹਾਡੇ ਇਮੋਸ਼ਨਸ ਨੂੰ ਕਾਬੂ ਕਰਦੇ ਨੇ ਜਦੋਂ ਮਰਜ਼ੀ ਹਸਾ ਦਿੰਦੇ ਨੇ ਜਦੋਂ ਮਰਜ਼ੀ ਰਵਾ ਦਿੰਦੇ ਨੇ ਭਾਈ ਦੀ ਗੱਲ ਕਰਦੇ ਸੀ ਉਹਨਾਂ ਦੇ 뮤직 ਦੇ ਵਿੱਚ ਨਾ ਉਹ
ਕੀ ਕਹਿੰਦੇ ਉਹਨੂੰ ਖਿੱਚ ਪੈਂਦੀ ਆ ਇੱਕ ਉਹ ਜਾਦੂ ਜਿਹਾ ਹੁੰਦਾ ਕੁਝ ਮੈਜਿਕ ਹੀ ਅਸਲੀ ਰਹੱਸ ਜਿਹਾ ਹੁੰਦਾ ਹੈ ਜਿਹੜਾ ਤੁਹਾਨੂੰ ਕਿਧਰੇ ਲੈ ਜਾਂਦਾ ਹੈ ਜਦੋਂ ਨੱਚਣ ਵਾਲਾ ਗਾਣਾ ਹੁੰਦਾ ਉਦੋਂ ਦੇਖੋ ਤੁਸੀਂ ਕਿਵੇਂ ਨੱਚਦੇ ਹੋ ਸੈਲਫੀ ਇਸ ਸੋ ਵਾਇਰਲ ਉਹ ਆਪਣੇ ਆਪ ਤੁਸੀਂ ਜੀ ਮੈਂ ਕਹਾਂਗਾ ਮੇਰਾ ਮੇਰਾ ਖੁਦ ਦਾ ਬੜਾ ਹੌਟ ਫੇਵਰੇਟ ਹੈ ਪਰ ਇੱਕ ਇੱਕ ਤੁਹਾਡਾ ਭਾਜੀ ਐਸੀ ਤੈਸੀ ਕਰਕੇ ਉਹ ਵੀ ਸਾਨੂੰ ਇੱਕ ਵਾਰੀ ਗੁਣਗੁਣਾ ਕੇ ਜ਼ਰੂਰ ਮਤਲਬ ਤੁਸੀਂ ਕੋਈ ਬੰਦਾ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਇਸ ਗੱਲ ਨੂੰ ਕਿੰਨੇ ਖੂਬਸੂਰਤ ਅੰਦਾਜ਼ ਚ ਪੇਸ਼ ਕਰ ਦਿੰਦਾ ਔਰ ਕੋਈ ਵੈਸੇ ਜਨਰਲੀ ਸੋਚ ਵੀ ਨਹੀਂ ਸਕਦਾ ਐਦਾਂ ਬੋਲਣ ਦਾ ਨਹੀਂ ਸਕਦਾ ਕੋਈ ਔਰ ਕੀ ਲਿਖਿਆ ਇਹ ਲਿਖਿਆ ਸਾਬਰ ਅਲੀ ਭਾਜੀ ਨੇ ਜੀ ਜਿਹੜੇ ਕਿ ਬਹੁਤ ਬ੍ਰਿਲੀਅੰਟ ਰਾਈਟਰ ਨੇ ਉਹਨਾਂ ਬਾਰੇ ਕੀ ਕਹੀਏ ਦੇਖੋ ਇੱਕ ਇੱਕ ਅੱਖਰ ਚ ਕੁਛ ਹੈ ਮੈਂ ਕਹਿੰਦਾ ਉਹਨਾਂ ਦੀਆਂ ਗੱਲਾਂ ਕਰਨ ਲੱਗ ਪਏ ਵੈਸੇ ਹੀ ਰਾਤ ਪੈ ਜਾਣੀ ਹੈ ਕਿਸੇ ਤਾਰੀਫ ਤੇ ਤਾਰੁਫ ਦੇ ਉਹ ਮੁਹਤਾਜ ਨਹੀਂ ਹੈਗੇ ਇਸ ਤੋਂ ਇਲਾਵਾ ਭਾਜੀ ਹੋਰ ਕਿਹੜੇ ਕਿਹੜੇ ਕ੍ਰੀਏਟਿਵ ਨਾਮ ਨੇ ਜੋ ਇਸ ਫਿਲਮ ਦਾ ਸ਼ਿੰਗਾਰ ਬਣੇ ਨੇ ਇਸ 'ਚ ਭਾਜੀ ਜਿਵੇਂ ਸੈਲਫੀ ਗਾਣਾ ਜਿਹੜਾ ਕਿ ਬਹੁਤ ਜ਼ਿਆਦਾ ਪਸੰਦ ਆਇਆ ਲੋਕਾਂ ਨੂੰ ਤੁਹਾਡਾ ਵੀ ਫੇਵਰੇਟ ਤੁਸੀਂ ਕਹਿੰਦੇ ਇੱਥੇ ਹੱਥ ਲਾ ਕੇ ਉਹ ਸਿੱਧੂ ਸਰਬਜੀਤ ਭਾਜੀ ਨੇ ਲਿਖਿਆ ਅਤੇ ਇੱਕ ਹੈਪੀ ਰਾਏ ਕੋਟੀ ਵੀਰੇ ਨੇ ਲਿਖਿਆ ਗਾਣਾ ਜਿਹੜਾ ਹੁਣੇ ਰਿਲੀਜ਼ ਹੋਇਆ ਅਮਰਿੰਦਰ ਭਾਈ ਦੀ ਆਵਾਜ਼ 'ਚ ਫਿਲਮ ਗਾਣੇ ਦਾ ਨਾਂ ਹੈ ਲੱਖ ਵਾਰੀ ਉਹ ਵੀ ਮਤਲਬ ਮੈਂ ਕਹਿੰਦਾ ਜਿੰਨੇ ਵੀ ਤੁਸੀਂ ਸੁਣਾਏ ਨੇ ਉਹ ਸਾਨੂੰ ਤਾਂ ਬਿਲਕੁਲ ਹੀ ਨਿਸ਼ਬਦ ਹੋ ਗਏ ਜਿਹਨੂੰ ਅਸੀਂ ਨਾਲੇ ਉਹ ਕਹਿੰਦੇ ਨੇ ਨਾ ਕਿ ਜਦੋਂ ਬੰਦਾ ਨਿਸ਼ਬਦ ਹੋ ਜਾਏ ਨਾ ਉਦੋਂ ਛੋਟੀ ਜਿਹੀ ਬ੍ਰੇਕ ਲੈ ਲੈਣੀ ਚਾਹੀਦੀ ਹੈ ਇੱਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਮੁੜ ਸਵਾਗਤ ਹੈ ਔਰ ਹੁਣ ਉਹ ਸਮਾਂ ਆ ਗਿਆ ਜੋ ਮੇਰਾ ਫੇਵਰੇਟ ਹੈ ਜੋ ਸਭ ਤੋਂ ਜ਼ਿਆਦਾ ਦਿਲਚਸਪ ਹੈ ਮੈਂ ਇੱਕ ਸਿਚੁਏਸ਼ਨ ਦਊਂਗਾ ਤੁਹਾਨੂੰ ਦੋਹਾਂ ਨੂੰ ਔਰ ਦੇਖਦੇ ਹਾਂ ਕਿ ਕੌਣ ਵਧੀਆ ਕਰਦਾ ਹੈ ਓਬਵੀਅਸਲੀ ਨਹੀਂ ਕਰਦਾ ਤੁਸੀਂ ਦੋਵੇਂ ਹੀ ਦਿੱਖ ਗਏ ਜੋ ਅਸੀਂ ਟ੍ਰੇਲਰ ਦੇਖ ਰਹੇ ਸਾਡੇ ਹੱਥ ਜਸਟ ਬੀਇੰਗ ਮੋਡੈਸਟ ਅੱਛਾ ਇਹਦੇ ਵਿੱਚ ਕਰਨਾ ਹੈ ਕਿ ਇੱਕ ਡਾਇਲੋਗ ਤੁਹਾਨੂੰ ਮੈਂ ਦਊਂਗਾ ਜੇ ਉਹ ਰੋਮਾਂਟਿਕ ਹੈ ਤਾਂ ਤੁਸੀਂ ਉਸਦਾ ਬਿਲਕੁਲ ਆਪੋਜ਼ਿਟ ਭਾਜੀ ਹੁਣਾਂ ਦੇ ਲਈ ਡਿਲੀਵਰ ਕਰਨਾ ਹੈ ਐਂਡ ਸੇਮ ਵਾਈਸ ਵਰਸਾ ਠੀਕ ਹੈ ਜੀ ਆਪਾਂ ਮਿਸ਼ਰੀ ਅਤੇ ਨੀਟਾ ਹੀ ਹਾਂ ਇਸ ਵੇਲੇ ਔਰ ਮਿਸ਼ਰੀ ਦਾ ਨੀਟੇ ਨੂੰ ਇਹ ਕਹਿਣਾ ਹੈ ਕਿ ਨੀਟਿਆ ਮੈਂ ਪੂਰੀ ਦੁਨੀਆ ਦੇ ਗੋਲਕ ਬੁਗਨੀ ਬੈਂਕ ਅਤੇ ਜੋ ATM ਸਭ ਤੋੜ ਕੇ ਇੱਕ ਬੰਨੇ ਛੱਡ ਕੇ ਤੇਰੇ ਕੋਲ ਆਊਂਗੀ ਕਿਉਂਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਇਹਦਾ ਓਪੋਜ਼ਿਟ ਟੋਨ ਦੇ ਵਿੱਚ ਇਹ ਪਿਆਰ ਵਾਲਾ ਹੈ ਥੋੜ੍ਹਾ ਫੀਲਿੰਗ ਦੂਸਰੀ ਨੀਟਿਆ ਮੈਂ ਸਾਰੇ ਗੋਲਕ ਬੁਗਨੀ ਬੈਂਕ ਦੇ ਬਟੂਏ ਛੱਡ ਕੇ ਨਾ ਤੇਰੇ ਕੋਲ ਆ ਜਾਊਂਗੀ ਕਿਉਂਕਿ ਮੈਂ ਤੇਰੇ ਨਾਲ ਪਿਆਰ ਕਰਦੀ ਹਾਂ ਇਹ ਰੋਮਾਂਟਿਕ ਸੀਗਾ ਤੁਹਾਨੂੰ ਅਸੀਂ ਦਿੰਦੇ ਹਾਂ ਜੀ ਨਫ਼ਰਤ ਵਾਲਾ ਮਿਸ਼ਰੀ ਜੇ ਤੂੰ ਸਾਰੀ ਦੁਨੀਆ ਦੀ ਗੋਲਕ ਪੂਗਨੀ ਬੈਂਕ ਦੇ ਬਟੂਆ ਛੱਡ ਕੇ ਮੇਰੇ ਕੋਲ ਆਈ ਹੈ ਨਾ ਤਾਂ ਜਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਓਹੋ ਭਾਅ ਜੀ ਲੂ ਕੰਢੇ ਖੜੇ ਕਰਤੇ ਮਜ਼ਾ ਆ ਗਿਆ ਮੈਂ ਕਹਿੰਦਾ ਇੱਦਾਂ ਦੀ ਐਕਟਿੰਗ ਸਕਿੱਲਸ ਮੈਂ ਪਹਿਲਾਂ ਕਦੀ ਵੀ ਨਹੀਂ ਦੇਖੇ ਅਗਲੀ ਜੰਗ ਦੇ ਜਿਹੜਾ ਨਾਮ ਹੈ ਉਹ ਹੈ ਬੜੀ ਇੱਜ਼ਤ ਦੇ ਨਾਲ ਬੇਇੱਜ਼ਤ ਕਰਨਾ ਹੈ ਕਿਉਂਕਿ ਭਾਅ ਜੀ ਉਹਨਾਂ ਨੇ ਕਿਹਾ ਸੀਗਾ ਤੁਸੀਂ ਖੁਦ ਕਿਹਾ ਸੀਗਾ ਕਿ ਜਿਹੜੀ ਮਿਸ਼ਰੀ ਹੈ ਉਹ ਤਿੱਖੀ ਹੈ ਪਰ ਨਾਲ ਹੀ ਉਹ ਕਿਊਟ ਵੀ ਹੈਗੀ ਹੈ ਹੁਣ ਤੁਸੀਂ ਆਪਣਾ ਤਿੱਖਾਪਨ ਦਿਖਾਉਣਾ ਹੈ ਭਾਅ ਜੀ ਨੂੰ ਔਰ ਅੰਦਰੋਂ ਕਿਊਟਨੈਸ ਵੀ ਦਿਖਣੀ ਚਾਹੀਦੀ ਹੈ ਮਤਲਬ ਇੰਨਾ ਕੋਈ ਬੇਵਕੂਫ ਕਿਵੇਂ ਹੋ ਸਕਦਾ ਕੰਮ ਤੇਰੇ ਤੋਂ ਕੋਈ ਹੁੰਦਾ ਨਹੀਂ ਕੱਪੜੇ ਤੇਰੇ ਤੋਂ ਵੇਚੇ ਨਹੀਂ ਜਾਂਦੇ ਦੁਕਾਨ ਤੇਰੇ ਤੋਂ ਸਾਂਭੀ ਨਹੀਂ ਜਾਂਦੀ ਮੇਰੇ ਤਾਂ ਤੇਰੀ ਸ਼ਕਲ ਦੇਖਣ ਨੂੰ ਵੀ ਜੀ ਨਹੀਂ ਕਰਦਾ ਤੈਨੂੰ ਪਤਾ ਮੇਰਾ ਜੀ ਕਰਦਾ ਵੀ ਜੇ ਤੂੰ ਸਾਹਮਣੇ ਆਉਂਦਾ ਨਾ ਮੇਰਾ ਜੀ ਕਰਦਾ ਇੱਟ ਚੱਕ ਕੇ ਮਾਰਾਂ ਤੇਰੇ ਅੱਛਾ ਇਹਦੇ ਵਿੱਚ ਖਾਸ ਗੱਲ ਪਤਾ ਕੀ ਆ ਭਾਅ ਜੀ ਉਹਨਾਂ ਦੇ ਕੰਸਟੈਂਟ ਸਮਾਈਲ ਹੈ ਵੀ ਤੂੰ ਜੋ ਮਰਜ਼ੀ ਕਹੀ ਜਾ ਕੋਈ ਅਸਰ ਨਹੀਂ ਹੈਗਾ ਸੇਮ ਤਰੀਕੇ ਦੇ ਨਾਲ ਬੇਇੱਜ਼ਤ ਕਰਨਾ ਔਰ ਕਾਹਨੂੰ ਕਰਾਉਣਾ ਇੰਨੀ ਪਿਆਰੀ ਕੁੜੀ ਇਹ ਬੇਇੱਜ਼ਤੀ ਕਰਨੀ ਹੈ ਪਿਆਰ ਨਾਲ ਹੈ ਨਾ ਅੰਦਰੋਂ ਪਿਆਰ ਦਾ ਤੜਕਾ ਹੋਵੇ ਪਰ ਸ਼ਬਦ ਥੋੜ੍ਹੇ ਲਾਈਕ ਆਈ ਦੇ ਮਿਸ਼ਰੀ ਤੈਨੂੰ ਗੱਲ ਕਹਾਂ ਸੱਚੀ ਦਿਲੋਂ ਕਹਿੰਦਾ ਇੰਨਾ ਕੁ ਪਰੇਸ਼ਾਨ ਰਹਿਣਾ ਮੈਂ ਤੇਰੇ ਤੋਂ ਮਤਲਬ ਮੇਰਾ ਕਈ ਵਾਰੀ ਜੀ ਕਰਦਾ ਤੇਰਾ ਨਾ ਗਲਾ ਘੁੱਟਦਾ ਤੂੰ ਮਤਲਬ ਇੰਨਾ ਦਿਮਾਗ ਖਾਂਦੀ ਹੈ ਮੇਰਾ ਇੰਨਾ ਦਿਮਾਗ ਤੈਨੂੰ ਅੱਛਾ ਤੈਨੂੰ ਬਿਲਕੁਲ ਸ਼ਰਮ ਨਹੀਂ ਤੈਨੂੰ ਬਿਲਕੁਲ ਅਹਿਸਾਸ ਨਹੀਂ ਹੁੰਦਾ ਵੀ ਤੂੰ ਇੰਨਾ ਮਾੜਾ ਹਾਲ ਕਰ ਦਿੰਦੀ ਹੈ ਬੰਦੇ ਦਾ ਥੋੜ੍ਹੀ ਬਹੁਤ ਤਾਂ ਸ਼ਰਮ ਹੋਣੀ ਚਾਹੀਦੀ ਬੰਦੇ ਨੂੰ ਯਾਰ ਪਤਾ ਨਹੀਂ ਕੀ ਬਣੂਗਾ ਤੇਰਾ ਆਈ ਨੋ ਆਈ ਨੋ ਰਾਈਟ ਕੱਟ ਗਏ ਭਾਜੀ ਕੱਟ ਗਏ ਇਸ ਵਾਰ ਕੱਟ ਗਏ ਇਸ ਵਾਰ ਨੰਬਰ ਲੈ ਗਏ ਜ਼ਿਆਦਾ ਭਾਜੀ ਇਹੋ ਹੀ ਲਾਈਨਾਂ ਨਾ
ਹੁਣ ਕਿਸੇ ਦੂਸਰੇ ਆਰਟਿਸਟ ਦੇ ਤਰੀਕੇ ਨਾਲ ਭਾਜੀ ਮਮਿਕਰੀ ਯੈਸ ਅੱਛਾ ਅੱਛਾ ਉਹ ਮੈਂ ਭਾਜੀ ਮੈਨੂੰ ਕੋਈ ਬਹੁਤਾ ਐਕਸਪੀਰੀਅੰਸ ਨਹੀਂ ਮਮਿਕਰੀ ਦਾ ਟਰਾਈ ਦੇ ਅਸੀਂ ਸੁਣਿਆ ਵਾ ਤੇ ਫਿਲਮ ਇੰਡਸਟਰੀ ਦੀਆਂ ਗੱਲਾਂ ਤੁਹਾਨੂੰ ਕਾਲਜ ਟਾਈਮ 'ਚ ਇੱਕ ਵਾਰੀ ਪੰਗਾ ਲੈ ਲਿਆ ਸੀ ਕੁਦਰਤੀ ਮੈਂ ਫਸਟ ਆ ਗਿਆ ਦਿਲੀਪ ਕੁਮਾਰ ਸਾਹਿਬ ਦੀ ਆਵਾਜ਼ ਕੱਟ ਕਰਕੇ ਦੇਖਦਾ ਕਬਾਲ ਕੀ ਬੇਹੁਦਾ ਇਨਸਾਨ ਹੋ ਤੂੰ ਨਿਹਾਇਤੀ ਬਦਬਖਤ ਔਰ ਪਾਗਲ ਕਿਸਮ ਕੀ ਲੜਕੀ ਹੋ ਤੂੰ ਤੁਮੇ ਇਤਨਾ ਵੀ ਅਹਿਸਾਸ ਨਹੀਂ ਹੈ ਕਿ ਕਿਸੇ ਆਦਮੀ ਕੇ ਸਾਥ ਕਿਸ ਤਰ੍ਹਾਂ ਸੇ ਬਾਤ ਕਰਨੀ ਹੈ ਦਿਮਾਗ ਮੇਰਾ ਖਾ ਚੁੱਕੀ ਹੋ ਤੂੰ ਬਹੁਤ ਬੁਰੀ ਤਰ੍ਹਾਂ ਸੇ ਔਰ ਸਾਰੇ ਆਵਾਮ ਸੇ ਯੇ ਮੈਂ ਕਹਿਣਾ ਚਾਹਤਾ ਹੂੰ ਕਿ ਤੇਰਾ ਅਪ੍ਰੈਲ ਕੋ ਫਿਲਮ ਆ ਰਹੀ ਹੈ ਗੋਲਖ ਬੁਗਨੀ ਬੈਂਕ ਔਰ ਪੈਟਰੋਲ ਜ਼ਰੂਰ ਦੇਖਣਾ ਪਰ ਮੈਨੂੰ ਇੰਨੀ ਕੁ ਪਿਕਚਰ ਕਲੀਅਰ ਹੈ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਜਾਣੀ ਹੈ ਔਰ ਸ਼ਾਇਦ ਹੀ ਕੋਈ ਪੰਜਾਬ ਦਾ ਮੈਂ ਕਹੂੰਗਾ ਬਾਹਰਲੀਆਂ ਸਟੇਟਸ ਦਾ ਸਾਡੇ NRI ਭਰਾ 13 April ਨੂੰ ਸਿਨੇਮਾ ਘਰਾਂ ਦਾ ਰੁੱਖ ਸ਼ਾਇਦ ਹੀ ਕੋਈ ਹੋਊਗਾ ਜਿਹੜਾ ਨਹੀਂ ਕਰੂਗਾ ਪਰ ਫਿਰ ਵੀ ਭਾਜੀ ਕੁਝ ਹੁੰਦੇ ਨੇ ਆਪਣੇ ਸਮਾਜ ਦੇ ਵਿੱਚ ਬੰਦੇ ਜਾਣ ਥੋੜੇ ਕਨਵਿੰਸ ਕਰਨ ਦੀ ਜ਼ਿਆਦਾ ਲੋੜ ਪੈਂਦੀ ਹੈ ਤੁਸੀਂ ਖੁਦ ਦੱਸੋ ਕਿ ਉਹ ਇਹ ਫਿਲਮ ਦੇਖਣ ਕਿਉਂ ਜਾਣ ਮੈਨੂੰ ਐਂ ਲੱਗਦਾ ਹੈ ਕਿ ਜੇ ਕੋਈ ਬੰਦਾ ਇਸ ਵੇਲੇ ਬੈਠਾ ਹੋਊਗਾ ਜਿਹੜਾ 13 ਤਰੀਕ ਦੀਆਂ ਕੋਈ ਹੋਰ ਪਲੈਨਿੰਗਸ ਕਰੀ ਬੈਠਾ ਹੋਊਗਾ ਉਹਨੇ ਟ੍ਰੇਲਰ ਦੇਖਿਆ ਨਹੀਂ ਹੋਣਾ ਹਾਲੇ ਇੱਕ ਵਾਰੀ ਦੇਖਿਓ ਜ਼ਰੂਰ ਇੱਕ ਵਾਰੀ ਟ੍ਰੇਲਰ ਦੇਖਿਓ ਬਸ ਆਈ ਗੈਸ ਦਿਸ ਅਪੀਲ ਇਜ਼ ਬਾਕੀ ਤੁਸੀਂ ਪਲੀਜ਼ ਫਿਲਮ ਦੇਖ ਕੇ ਦੱਸਿਓ ਜ਼ਰੂਰ ਕਿ ਕਿੱਦਾਂ ਲੱਗੀ ਆ ਜਿੱਥੇ ਵੀ ਜਿਹੜੇ ਵੀ ਮੀਡੀਅਮ ਤੋਂ ਤੁਸੀਂ ਕਨੈਕਟ ਹੋ ਸਕਦੇ ਹੋ ਸਾਡੀ ਪੂਰੀ ਟੀਮ ਨਾਲ ਇੰਸਟਾਗ੍ਰਾਮ ਸਨੈਪਚੈਟ ਫੇਸਬੁੱਕ ਪਲੀਜ਼ ਸਾਨੂੰ ਇੱਕ ਵਾਰੀ ਮੈਸੇਜ ਡ੍ਰੌਪ ਕਰਿਓ ਵੀ ਕਿੱਦਾਂ ਦੀ ਲੱਗੀ ਚਾਹੇ ਇੱਕ ਵਾਰੀ ਦੇਖੋ ਦੋ ਵਾਰੀ ਦੇਖੋ ਬਾਕੀ ਤਾਂ ਤੁਹਾਡੀ ਸ਼ਰਧਾ ਆਪਣੀ ਕਿੰਨੀ ਵਾਰੀ ਦੇਖਣੀ ਆ ਫਿਰ 13 ਤਰੀਕ ਨੂੰ ਦੇਖ ਕੇ ਆਓ ਜੀ ਆਪਣਾ ਜਿਹੜਾ ਟੈਲੈਂਟ ਹੈ ਉਸਨੂੰ ਕ੍ਰੀਏਟਿਵਨੈਸ ਦੀਆਂ ਹੱਦਾਂ ਤੱਕ ਮੈਂ ਕਹਿੰਦਾ ਕਿ ਪਹੁੰਚਾ ਦਿੱਤਾ ਥੈਂਕ ਯੂ ਵੈਰੀ ਮੱਚ ਟੂ ਕਮ ਔਨ ਅਵਰ ਸ਼ੋ ਐਂਡ ਆਸ ਕਰਾਂਗੇ ਕਿ ਇਹਨਾਂ ਦੀ ਫਿਲਮ ਜਿਹੜੀ ਹੈ ਉਹ ਬੁਲੰਦੀ ਦੀਆਂ ਕਾਮਯਾਬੀ ਦੀਆਂ ਸਾਰੀਆਂ ਹੱਦਾਂ ਪਾਰ ਕਰੇ 13 April ਨੂੰ ਤੁਸੀਂ ਭੁੱਲਣਾ ਨਹੀਂ ਸਿਲਵਰ ਸਕਰੀਨ ਦੇ ਉੱਤੇ ਨੀਟਾ ਅਤੇ ਮਿਸ਼ਰੀ ਥੈਂਕ ਯੂ ਵੈਰੀ ਮੱਚ ਸੁਪ੍ਰੀਤ ਸਿੰਘ ਕਾਲੂ ਨੂੰ ਦਿਓ ਇਜਾਜ਼ਤ ਧੰਨਵਾਦ